ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਭਾਵਨਾ। ਪੰਜਾਬ ਪੁਲਿਸ ਦੇ ਵੱਲੋਂ ਹਰ ਜਗ੍ਹਾ ਤੇ ਨਾਕੇ ਲਗਾਏ ਜਾਂਦੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੁਲਿਸ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਹਰ ਜਗ੍ਹਾ ਨਾਕੇ ਲਗਾਏ ਗਏ ਨੇ ਪੂਰੇ ਸ਼ਹਿਰ ਦੇ ਵਿੱਚ ਤੇ ਜਗ੍ਹਾ ਜਗ੍ਹਾ ਚੈਕਿੰਗ ਵੀ ਕੀਤੀ ਗਈ ਤੇ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਗਈ ਹੈ ਤੇ ਇਸੇ ਤਰ੍ਹਾਂ ਹੀ ਉਹਨਾਂ ਲੋਕਾਂ ਦੇ ਚਲਾਨ ਕੱਟੇ ਗਏ ਨੇ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ। ਇਸੇ ਤਰ੍ਹਾਂ ਹੀ ਇੱਕ ਵਿਅਕਤੀ ਦਾ ਚਲਾਨ ਕੱਟਿਆ ਅਤੇ ਚਲਾਨ ਕੱਟ ਕੇ ਪੁਲਿਸ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਇਹ ਵੱਡਾ ਗਿਫਟ ਤੁਹਾਨੂੰ ਜਿਹੜਾ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਇਸ ਕਰਕੇ ਕਿਹਾ ਕਿਉਂਕਿ ਦੋ ਵਾਰ ਉਹਨਾਂ ਦੇ ਚਲਾਨ ਕੱਟੇ ਗਏ ਸੀ ਤਾਂ ਇਸ ਦੇ ਬਾਵਜੂਦ ਵੀ ਉਹ ਬਾਜ ਨਹੀਂ ਆਏ ਅਤੇ ਇਸੇ ਤਰ੍ਹਾਂ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਰਹੇ ਅਤੇ ਹੁਣ ਵੀ ਉਹ ਚਾਰ ਵਿਅਕਤੀਆਂ ਨੂੰ ਬਿਠਾ ਕੇ ਹੀ ਪੂਰੇ ਸ਼ਹਿਰ ਦੇ ਵਿੱਚ ਗੇੜਾ ਲਗਾ ਰਹੇ ਸੀ, ਜਿੱਥੋਂ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦਾ ਚਲਾਨ ਕੱਟ ਕੇ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਲਈ ਇਹ ਵੱਡਾ ਗਿਫਟ ਆ ਕਿਉਂਕਿ ਕਈ ਵਾਰ ਤੁਹਾਨੂੰ ਇਹ ਅਲਰਟ ਚੇਤਾਵਨੀ ਦਿੱਤੀ ਗਈ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਪਰ ਇਸ ਦੇ ਬਾਵਜੂਦ ਵੀ ਤੁਸੀਂ ਬਾਜ ਨਹੀਂ ਆਏ ਤਾਂ ਹੁਣ ਤੁਹਾਡੇ ਲਈ ਇਹ ਵੱਡਾ ਗਿਫਟ ਅਤੇ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਦੱਸਦੇ ਕਿ ਪੁਲਿਸ ਦੇ ਵੱਲੋਂ ਕਈ ਵਾਰ ਜਾਗਰੂਕ ਵੀ ਕੀਤਾ ਗਿਆ ਟ੍ਰੈਫਿਕ ਨਿਯਮਾਂ ਦੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਨੂੰ, ਪਰ ਇਸ ਦੇ ਬਾਵਜੂਦ ਵੀ ਲੋਕ ਨਹੀਂ ਹਟਦੇ ਅਤੇ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਜਿਹੜੀ ਆ ਉਡਾਉਂਦੇ ਦਿਖਾਈ ਦਿੰਦੇ ਨੇ ਅਤੇ ਇੱਕ ਹੀ ਵਹੀਕਲ 'ਤੇ ਚਾਰ ਚਾਰ ਲੋਕ ਜਿਹੜੇ ਆ ਉਹ ਘੁੰਮਦੇ ਹੁੰਦੇ ਨੇ ਅਤੇ ਇਸ ਵਾਰ ਪੁਲਿਸ ਦੇ ਵੱਲੋਂ ਇਹ ਨਾਕਾ ਲਗਾ ਕੇ ਉਹਨਾਂ ਲੋਕਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਅਤੇ ਉਹਨਾਂ ਦਾ ਵੱਡਾ ਚਲਾਨ ਵੀ ਉਹਨਾਂ ਦੇ ਵੱਲੋਂ ਕੱਟਿਆ ਗਿਆ ਅਤੇ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇੰਨਾ ਸਮਝਾਉਣ ਦੇ ਬਾਵਜੂਦ, ਇੰਨੀ ਅਵੇਅਰਨੈਸ ਕਰਨ ਦੇ ਬਾਵਜੂਦ ਤੁਸੀਂ ਸਿਆਣੇ ਬੈਣੇ ਹੋ, ਇੱਕ ਮੋਟਰਸਾਈਕਲ ਦੇ ਉੱਪਰ ਚਾਰ ਵਿਅਕਤੀ ਬੈਠੇ ਨੇ, ਹੈਂ ਤੁਸੀਂ ਬਿਲਕੁਲ ਯਾਰ ਜਿਹੜੇ ਰੂਲ ਹੈ ਉਹਨੂੰ ਐਨ ਛਿੱਕੇ ਹੀ ਟੰਗ ਦਿੱਤਾ, ਫਿਰ ਤੁਸੀਂ ਆਪ ਚਲਾ ਰਹੇ ਹੋ। ਇਹ ਨਹੀਂ ਕਿ ਤੁਹਾਡਾ ਕਿਹਨੇ ਵਹੀਕਲ ਮੰਗ ਕੇ ਖੜਿਆ ਜਾਂ ਇੱਦਾਂ ਖੜਿਆ, ਅਨੇਕਾਂ ਚਲਾਨ ਕਰ ਚੁੱਕੇ ਹਾਂ। ਪਲੀਜ਼ ਇੱਦਾਂ ਨਾ ਕਰਿਆ ਕਰੋ, ਸਾਡਾ ਇੱਦਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਹੁਣ ਜਿਹੜਾ ਮੋਟਰਸਾਈਕਲ ਤੁਹਾਡਾ, ਦੋ ਚਲਾਨ ਤੁਹਾਡੇ ਪਹਿਲਾਂ ਹੋਏ ਆ, ਉਹ ਵੀ ਤੁਸੀਂ ਅੱਜ ਤੱਕ ਭੁਗਤੇ ਨਹੀਂ, ਤਾਂ ਤੀਜਾ ਮੋਟਰਸਾਈਕਲ ਤੁਹਾਡਾ ਬੰਦ ਕਰ ਦਿੱਤਾ। ਹੁਣ ਇਹਦੇ ਪੂਰੇ ਕਾਗਜ਼ ਲਿਆ ਕੇ ਦਿਖਾਓਗੇ ਤਾਂ ਮੋਟਰਸਾਈਕਲ ਤੁਹਾਨੂੰ ਮਿਲਣਾ, ਅਦਰਵਾਈਜ਼ ਨਹੀਂ ਮਿਲਣਾ। ਕਾਰੋਬਾਰੀ ਬੰਦੇ ਹੋ, ਸਾਨੂੰ ਵੀ ਤਰਸ ਆਉਂਦਾ, ਪਰ ਯਾਰ ਤੁਸੀਂ ਚਾਰ ਚਾਰ ਬੰਦੇ ਹੱਥ ਹੋ ਗਈ ਹੈ, ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਘੁੰਮ ਕਿੱਥੇ ਰਹੇ ਹੋ। ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਹੋ ਜਿੱਥੇ ਚਾਰ ਚੁਫੇਰੇ ਤੁਹਾਡੇ ਕੈਮਰੇ ਲੱਗੇ ਆ, ਪਤਾ ਨਹੀਂ ਕਿਸ ਵਿਅਕਤੀ ਨੇ ਤੁਹਾਡੀ ਵੀਡੀਓ ਖਿੱਚ ਕੇ ਤਾਂ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸਾਨੂੰ ਪਾ ਦੇਣੀ ਹੈ। ਅੱਗੇ ਤੋਂ ਨਹੀਂ ਇੱਦਾਂ ਕਰਨਾ, ਸੋਰੀ ਬੋਲੋ, ਉੱਚੀ ਬੋਲੋ, ਸੋਰੀ। ਹਾਂ, ਇਹ ਤੁਹਾਡਾ ਗਿਫਟ ਹੈ, ਇਹਨੂੰ ਲੈਮੀਨੇਸ਼ਨ ਕਰਾ ਕੇ ਇਹਨੂੰ ਘਰ ਰੱਖ ਲੈਣਾ, ਠੀਕ ਹੈ। ਇਹਨੂੰ ਰੋਜ਼ ਵੇਖ ਕੇ ਜਾਣਾ, ਇਹ ਫਿਰ ਤੁਹਾਨੂੰ ਕਹੂਗਾ ਕਿ ਅੱਗੇ ਤੋਂ ਚਾਰ ਵਿਅਕਤੀ ਨੂੰ ਬੈਠਣਾ। ਥੈਂਕ ਯੂ।